ਪੰਜਾਬ ਹਰਿਆਣਾ ਦੀ ਹੱਦ ਤੇ ਜਿਹੜਾ ਕੱਗਰ ਦਰਿਆ ਪੈਂਦਾ ਬਈ ਉਹਨੇ ਬਹੁਤ ਤਬਾਹੀ ਮਚਾਈ ਹੈ ਪਰ ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ ਇੱਕ ਅੱਡ ਮਸਲਾ ਬਣ ਚੁੱਕਿਆ ਪੰਜਾਬ ਦੇ ਲੋਕਾਂ ਨੂੰ ਉਸ ਬੰਨ ਤੇ ਜਾਨ ਨਹੀਂ ਦਿੱਤਾ ਜਾ ਰਿਹਾ ਜਿਹੜੇ ਬੰਨ ਹੁੰਦਾ ਪੰਜਾਬ ਦਾ ਬੰਨ ਹੈ ਉਹਤੇ ਮਿੱਟੀ ਨਹੀਂ ਲਗਾਉਂ ਦਿੰਦੇ ਹਰਿਆਣੇ ਦੇ ਲੋਕਾਂ ਦਾ ਕਹਿਣਾ ਵੀ ਸਾਡੇ ਕਣੀ ਬਹੁਤ ਮਾਰ ਕਰ ਰਿਹਾ ਹੈ ਵੀ ਪੰਜਾਬ ਕਣੀ ਪਾਣੀ ਜਾਣ ਦੋ ਉਧਰ ਜਿਹੜਾ ਬੰਨ ਰੋਕਣ ਤੋਂ ਲੋਕਾਂ ਨੂੰ ਰੋਕਿਆ ਜਾਂਦਾ ਪੰਜਾਬ ਦੇ ਲੋਕਾਂ ਨੂੰ ਬੰਨ ਲਵੇ ਰੋਕ ਜਾਣ ਤੋਂ ਰੋਕਿਆ ਜਾਂਦਾ ਹਰਿਆਣੇ ਦੇ ਲੋਕ ਹੁਣ ਅਸੀਂ ਹਰਿਆਣੇ ਸਾਈਡ ਦੀਆਂ ਆ ਇਧਰਲੇ ਲੋਕਾਂ ਨੂੰ ਬਈ ਜਮਾ ਨਹੀਂ ਰੁੱਕਿਆ ਜਾਂਦਾ ਇੱਧਰ ਜਿਵੇਂ ਜਾਣਾ ਹੁੰਦਾ ਓਵੇਂ ਲੋਕ ਆਪਣੀ ਮਰਜ਼ੀ ਨਾਲ ਜਾਈ ਜਾਂਦੇ ਜਿਹੜੇ ਪੰਜਾਬ ਸਾਈਡ ਹੈ ਪੰਜਾਬ ਸਾਈਡ ਨੱਕੇ ਲਾਏ ਹੋਏ ਆ ਉਧਰ ਪੰਜਾਬ ਦੇ ਲੋਕਾਂ ਨੂੰ ਨੰਦੇ ਕਿਸਾਨਾਂ ਦਾ ਕਹਿਣਾ ਵੀ ਬਈ ਸਿਆਸਤ ਹੈ ਇੱਕ ਪੰਜਾਬ ਕਣੀ ਪਾਣੀ ਤੋੜਨ ਦੀ ਕਿਉਂਕਿ ਹਰਿਆਣੇ ਕਣੀ ਬਹੁਤ ਨੁਕਸਾਨ ਹੋ ਗਿਆ ਪਰ ਹਰਿਆਣੇ ਦੇ ਲੋਕ ਕਹਿੰਦੇ ਆ ਵੀ ਤੁਸੀਂ ਬੰਨ ਤੇ ਮਿੱਟੀ ਲਾਓ ਬੰਨ ਤੇ ਮਿੱਟੀ ਲਾਣ ਤੋਂ ਰੋਕਤਾ ਬਈ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਵੀ ਪੰਜਾਬ ਚ ਵੀ ਪਾਣੀ ਇਹ ਤੋੜੋ ਵੀ ਉਧਰ ਤੋੜੋ ਵੀ ਇੱਧਰ ਸਾਡੇ ਜ਼ਿਆਦਾ ਨੁਕਸਾਨ ਹੁੰਦਾ ਏ ਇਹ ਬਈ ਮਸਲਾ ਬਹੁਤ ਹੈ ਜਿਹੜਾ ਗੰਭੀਰ ਬਣ ਚੁੱਕਿਆ ਲੋਕਾਂ ਚ मतलब ਇੱਕ ਪਾੜ ਵੀ ਪੈ ਸਕਦੇ ਇਹ ਚੀਜ਼ ਨਾਲ ਪ੍ਰਸ਼ਾਸਨ ਦੀ ਇਹ ਬਹੁਤ ਵੱਡੀ ਬਈ ਗਲਤੀ ਵੀ ਕਹਿ ਸਕਦੇ ਆ ਕਿਉਂਕਿ ਪੰਜਾਬ ਦਾ ਪ੍ਰਸ਼ਾਸਨ ਉਸ ਬੰਨ ਤੇ ਹੈ ਨਹੀਂਗਾ ਉੱਥੇ ਹਰਿਆਣਾ ਦਾ ਪ੍ਰਸ਼ਾਸਨ ਹੈ ਹਮੇਸ਼ਾ ਉੱਥੇ ਪੰਜਾਬ ਹਰਿਆਣਾ ਦਾ ਪ੍ਰਸ਼ਾਸਨ ਹੈ ਉੱਥੇ ਮਤਲਬ ਡਿਊਟੀ ਉਹਨਾਂ ਦੀ ਰਹਿਣੀ ਚਾਹੀਦੀ ਹੈ ਕਿਉਂਕਿ ਹਰਿਆਣਾ ਦੇ ਲੋਕ ਵੀ ਹਰਕਤ ਕਰ ਸਕਦੇ ਪੰਜਾਬ ਦੇ ਵੀ ਦੋਹੇ ਤਰ੍ਹਾਂ ਨੂੰ ਆਪਾਂ ਕਹਿ ਸਕਦੇ ਕੁਝ ਬਾਈ ਹੁਣ ਐਵੇਂ ਉੱਥੇ ਬੰਨ ਦੋ ਸਾਈਡ ਹੈ ਜਿਹੜਾ ਇੱਕ ਗਰਦ ਰਿਆ ਪੈਂਦਾ ਵਿਚਾਲੇ ਪੈਂਦਾ ਉਧਰ ਲੋਕ ਬਈ ਕੀ ਕਰਦੇ ਆ ਦੂਜਿਆਂ ਹੁੰਦੇ ਵੀ ਉਧਰ ਪਾਣੀ ਵਗ ਜੇ ਦੂਜਿਆਂ ਨੂੰ ਹੁੰਦਾ ਉਧਰ ਹਰ ਇੱਕ ਨੂੰ ਆਪਣੇ ਘਰ ਦੀ ਉਹ ਹੁੰਦੀ ਹੈ ਬਾਈ ਵੀ ਆਪਣਾ ਘਰ ਬਚ ਜੇ ਹੁਣ ਇਧਰ ਪਾਣੀ ਜਾ ਦੇ ਆ ਗਿਆ ਇਹ ਲੋਕਾਂ ਨੂੰ ਐਵੇਂ ਵੀ ਪਾਣੀ ਬਾੜ ਜੇ ਵੀ ਪਾਣੀ ਪਰੇ ਵੀ ਟੁੱਟੇ ਉਧਰ ਮਿੱਟੀ ਲਾਉਣ ਨਹੀਂ ਦਿੱਤੀ ਜਾ ਰਹੀ ਜਿਹੜੇ ਆਪਣੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੇ ਵੀ ਬਾਰ ਬਾਰ ਫੋਨ ਵੀ ਆ ਰਹੇ ਆ ਹੁਣ ਬਾਈ ਇਹ ਇਹ ਮਸਲੇ ਚ ਬਾਈ ਕੀਤਾ ਵੀ ਕੁਝ ਨਹੀਂ ਜਾ ਸਕਦਾ ਹੁਣ ਆਪਣੇ ਗੁਰਦੁਆਰਿਆਂ ਚ ਬੇਨਤੀ ਬੋਲੀ ਜਾਂਦੀ ਆ ਆਪਾਂ ਵੀ ਕਿਸਾਨਾਂ ਨੂੰ ਬੇਨਤੀ ਕਰਦੇ ਵੀ ਰਾਤ ਨੂੰ ਵੱਧ ਤੋਂ ਵੱਧ ਬਾਈ ਜਾ ਕੇ ਪਹਿਰਾ ਦੋ ਕਿਉਂਕਿ ਕੋਈ ਕਟਿਆ ਇਨਸਾਨ ਇਹ ਹਰਕਤ ਕਰ ਵੀ ਸਕਦਾ ਹੈ ਫਾਇਦਾ ਵੀ ਚੱਕ ਸਕਦਾ ਹੈ ਕਿਉਂਕਿ ਹੁਣ ਮਤਲਬ ਪੰਜਾਬ ਹਰਿਆਣਾ ਦੇ ਲੋਕਾਂ ਚ ਇੱਕ ਆਪ ਨੂੰ ਦੇਖਣ ਨੂੰ ਮਿਲ ਰਿਹਾ ਵੀ ਪਾੜ ਪੈ ਗਿਆ ਇੱਕ ਲੋਕਾਂ ਨੂੰ ਮਤਲਬ ਕਿ ਇੱਕ ਦੂਜੇ ਦੇ ਵਿਰੋਧੀ ਬਣ ਗਏ ਵੀ ਉਹਨਾਂ ਨੂੰ ਐਵੇਂ ਵੀ ਉਧਰ ਪਾਣੀ ਵਗ ਜੇ ਉਹਨਾਂ ਨੂੰ ਐਵੇਂ ਵੀ ਉਧਰ ਵਗ ਜੇ ਇਹ ਚੀਜ਼ ਆ ਬਈ ਬਹੁਤ ਮਾੜਾ ਪ੍ਰਭਾਵ ਪੈ ਸਕਦਾ ਹੈ ਤੇ ਵੱਧ ਤੋਂ ਵੱਧ ਕਿਸਾਨ ਪਹੁੰਚੋ ਬੰਨਾ ਤੇ ਵੀ ਤਾਂ ਜੋ ਉੱਥੇ ਕੋਈ ਇਹ ਹਰਕਤ ਕਰ ਨਾ ਸਕੇ ਤਾਂ ਜੋ ਪੰਜਾਬ ਕਣੀ ਵੀ ਇਹ ਪਾਣੀ ਆ ਨਾ ਸਕੇ ਕਿਉਂਕਿ ਯਾਰ ਬੰਨ ਲਗਾ ਕੇ ਪਾਣੀ ਕੋਈ ਵੀ ਰੋਕ ਸਕਦਾ ਹੈ ਇਹ ਜੋ ਕੋਈ ਮਤਲਬ ਕੋਈ ਗਲਤ ਗੱਲ ਨਹੀਂ ਉਹ ਬੰਨ ਕੋਈ ਬਈ ਨਮਾਣੀ ਬੰਨ ਪੁਰਾਣਾ ਬਣਿਆ ਹੋਇਆ ਬਸ ਜਿਹੜੇ ਪੰਜਾਬ ਦੇ ਲੋਕੋ ਉਹਨੇ ਬੰਨ ਤੇ ਮਿੱਟੀ ਲਗਾ ਰਹੇ ਨੇ ਪਰ ਹਰਿਆਣਾ ਦੇ ਲੋਕੋ ਉਹਨੂੰ ਮਿੱਟੀ ਲਗਾਉਣ ਤੋਂ ਰੋਕ ਰਹੇ ਨੇ ਵੀ ਤੁਸੀਂ ਮਿੱਟੀ ਨਾ ਲਾਓ ਪਰ ਪੰਜਾਬ ਦੇ ਲੋਕ ਇਹ ਚੀਜ਼ 'ਤੇ ਲੜ ਰਹੇ ਨੇ ਪ੍ਰਸ਼ਾਸਨ ਜਿਹੜਾ ਪੰਜਾਬ ਦਾ ਉਹ ਨਾਲ ਨਾਲ ਹੈ ਨਹੀਂ ਬਈ ਆਪਣੇ ਪੰਜਾਬ ਦੇ ਲੋਕਾਂ ਨਾਲ ਪੋਪਲੈਂਡ ਦਾ ਇੱਕ ਇੰਤਜ਼ਾਮ ਨਹੀਂ ਹੈਗਾ ਉੱਥੇ ਵੀ ਪੋਪਲੈਂਡ ਲਿਆ ਕੇ ਉੱਥੇ ਮਤਲਬ ਕੇ ਮਿੱਟੀ ਲਈ ਜਾਵੇ ਜਾਂ ਪੁੱਲ ਥੱਲੋਂ ਆਪਣਾ ਕਚਰਾ ਕੱਢਿਆ ਜਾਵੇ ਹਰਿਆਣਾ ਦਾ ਬਹੁਤ ਜ਼ਿਆਦਾ ਇਹਦਾ ਬਈ ਹੜ ਆ ਗਿਆ ਮਤਲਬ ਕਿ ਹੁਣ ਪੰਜਾਬ ਕਣੀ ਵਾਅਦਾ ਕਰ ਰਹਾ ਹੈ ਪੰਜਾਬ ਦੇ ਲੋਕ ਉਸ ਬਚਾ ਦੇ ਮਾਰੇ ਬੰਨ ਤੇ ਮਿੱਟੀ ਲਾਉਂਦੇ ਆ ਪਰ ਹਰਿਆਣਾ ਦੇ ਲੋਕਾਂ ਚ ਇਹ ਚੀਜ਼ ਦਾ ਇੱਕ ਮਤਲਬ ਕਿ ਵਿਰੋਧ ਬਣ ਗਿਆ ਵੀ ਉਹ ਕਹਿੰਦੇ ਅਸੀਂ ਮਿੱਟੀ ਲਾਉਣੀ ਨਹੀਂ ਹੁੰਦੇ ਵੱਧ ਤੋਂ ਵੱਧ ਕਿਸਾਨ ਪਹੁੰਚੋ ਬਈ ਤਾਂ ਜੋ ਉੱਥੇ ਨਿਗਰਾਨੀ ਰੱਖੀ ਜਾ ਸਕੇ ਇਸ ਚੀਜ਼